ਬਲਦੇਵ ਸਿੰਘ ਜੀ ਕਦੋਂ ਹੋਇਆ ਸੀ ਤੁਹਾਡਾ ਮਿਨੀ ਗੈਸਟ੍ਰਿਕ ਬਾਈਪਾਸ ਆਪਰੇਸ਼ਨ? ਮੇਰਾ ਆਪਰੇਸ਼ਨ ਹੋਇਆ ਸੀ 17 ਦਸੰਬਰ 2013 ਨੂੰ। ਠੀਕ ਹੈ, 1 ਮਹੀਨੇ ਤੋਂ ਥੋੜਾ ਜ਼ਿਆਦਾ ਹੋ ਗਿਆ। ਹਾਂਜੀ, 1 ਮਹੀਨੇ ਤੋਂ ਥੋੜਾ ਜ਼ਿਆਦਾ ਹੋ ਗਿਆ। ਤੇ ਕਿੰਨਾ ਭਾਰ ਸੀਗਾ ਤੁਹਾਡਾ ਆਪਰੇਸ਼ਨ ਤੋਂ ਪਹਿਲਾਂ? ਮੇਰਾ ਭਾਰ ਸੀ 171 ਕਿਲੋ। ਤੇ ਅੱਜ ਕਿੰਨਾ ਹੈ? 154 ਕਿਲੋ। 17 ਕਿਲੋ ਭਾਰ ਘਟ ਗਿਆ ਨਾ ਤੁਹਾਡਾ? ਹਾਂਜੀ। ਤੇ ਕੀ ਦਿੱਕਤ ਆ ਰਹੀ ਸੀ ਤੁਹਾਨੂੰ ਆਪਰੇਸ਼ਨ ਤੋਂ ਪਹਿਲਾਂ? ਆਪਰੇਸ਼ਨ ਤੋਂ ਪਹਿਲਾਂ ਮੈਨੂੰ ਜਿੱਦਾਂ ਮੇਥੋਂ ਤੁਰਨੀ ਸੀ ਹੁੰਦਾ ਸਾਹ ਚੜਦਾ ਸੀ, ਹੁਣ ਮੇਰੀ ਉਹ ਸਾਰੀ ਪਰੇਸ਼ਾਨੀ ਬਹੁਤ ਜਾਣੀ ਕਿ ਦੂਰ ਹੋ ਗਈ ਹੈ ਸਾਰੀ। ਹਾਂਜੀ, ਅੱਗੇ ਪਹਿਲਾਂ ਹੁੰਦਾ ਸੀ ਮੈਂ ਮੋਟਰਸਾਈਕਲ ਦਾ ਜਾਂ ਕਿਸੇ ਵੀ ਵਹੀਕਲ ਦਾ ਸਹਾਰਾ ਲੈਂਦਾ ਸੀ, ਹੁਣ ਮੈਂ 4-5 ਕਿਲੋਮੀਟਰ ਤੱਕ ਮੈਂ ਪੈਦਲ ਤੁਰਦਾ। ਹਾਂਜੀ, ਮੈਂ ਸੁਬਹਾ ਸ਼ਾਮ 2 ਟਾਈਮ ਵਾਕ ਕਰਦਾ ਹੀ ਕਰਦਾ ਹੁਣ ਮੈਂ। ਪਿੰਡ ਦੇ ਵਿੱਚ ਵੀ ਜੇ ਕੋਈ ਕੰਮ ਜਾਣਾ ਮੈਂ ਤਾਂ ਵੀ ਤੁਰ ਕੇ ਜਾਂਦਾ। ਤੇ ਬਾਕੀ ਖਾਣਾ ਪੀਣਾ ਕਿੱਦਾਂ, ਡਾਇਟ ਵਗੈਰਾ ਠੀਕ ਲੈ ਰਹੇ ਹੋ? ਹਾਂਜੀ, ਬਿਲਕੁਲ ਠੀਕ। ਠੀਕ ਹੈ, ਤੇ ਤੁਸੀਂ ਹੈਲਦੀ ਡਾਇਟ ਵੱਲ ਹੀ ਜ਼ਿਆਦਾ ਧਿਆਨ ਦੇਣਾ, ਦੁੱਧ ਦਹੀਂ ਲੱਸੀ ਪਨੀਰ ਜ਼ਿਆਦਾ ਲੈਂਦੇ ਰਹੋ, ਕਿਉਂਕਿ ਜਿਵੇਂ ਸਬਜ਼ੀਆਂ ਹੋ ਗਈਆਂ, ਦਾਲਾਂ ਵਗੈਰਾ ਹੋ ਗਈਆਂ ਉਹ ਜ਼ਿਆਦਾ ਲੈਂਦੇ ਰਹੋ। ਤੇ ਨੋਨ ਵੈਜ ਲੈ ਲੈਂਦੇ ਹੋ, ਚਿਕਨ ਵਗੈਰਾ? ਹਾਂਜੀ, ਉਹ ਵੀ ਫਿਰ ਲੈਂਦੇ ਰਹੋ, ਚਿਕਨ ਵਗੈਰਾ ਹੋ ਗਿਆ, ਐਗ ਹੋ ਗਿਆ, ਫਿਸ਼ ਹੋ ਗਈ, ਤਾਂ ਕਿ ਤੁਹਾਨੂੰ ਕੋਈ ਵੀਕਨੈਸ ਨਾ ਹੋਵੇ, ਤੁਹਾਡਾ ਵੇਟ ਹੁਣ ਘਟੇਗਾ ਨਾ ਹੌਲੀ ਹੌਲੀ। ਤੇ ਬਾਕੀ ਮਲਟੀ ਵਿਟਾਮਿਨ ਖਾ ਰਹੇ ਹੋ ਤੁਸੀਂ ਆਪਣੇ? ਹਾਂਜੀ, ਠੀਕ ਹੈ, ਉਹ ਵੀ ਰੈਗੂਲਰ ਹੀ ਖਾਂਦੇ ਰਹੋ। ਤੇ ਸਾਲ ਦੇ ਵਿੱਚ ਇੱਕ ਵਾਰੀ ਤੁਸੀਂ ਆਪਣੇ ਬਲੱਡ ਦੇ ਟੈਸਟ ਵੀ ਜ਼ਰੂਰ ਕਰਵਾਉਣੇ ਆ, ਤਾਂ ਕਿ ਅਗਰ ਬਾਡੀ 'ਚ ਕੋਈ ਕਮੀ ਹੋਵੇ ਆਪਾਂ ਨੂੰ ਪਤਾ ਚੱਲ ਜਾਵੇ। ਠੀਕ ਹੈ ਜੀ, ਥੈਂਕ ਯੂ।